ਉਮੀਦ ਸੀ ਉਹਦੇ ਤੋਂ ਵੀ ਵੱਧ ਘੱਟ ਹੋਇਆ। ਅਸੀਂ ਧੰਨਵਾਦ ਕਰਦੇ ਹਾਂ ਕਿਸਾਨਾਂ ਦਾ, ਮਜ਼ਦੂਰਾਂ ਦਾ, ਬੀਬੀਆਂ ਦਾ, ਜਿਨ੍ਹਾਂ ਨੇ 70-80 ਹਜ਼ਾਰ ਬੰਦਾ ਜਿਹੜਾ ਸਾਡਾ ਅਸੀਂ 50 ਕੁ ਹਜ਼ਾਰ ਦੀ ਲਾਈ ਸੀ ਇੱਥੇ ਆਇਆ। ਅਜੇ ਵੀ ਦੇਖੋ ਤੁਸੀਂ ਜਥਿਆਂ ਦੇ ਵਿੱਚ ਲੋਕ ਆ ਰਹੇ, ਜਾਮ ਲੱਗੇ ਹੋਏ ਨੇ। ਇਹ ਵਿਰੋਧ ਆ ਭਾਜਪਾ ਦਾ, ਲੋਕ ਦੁਖੀ ਹੋ ਕੇ ਆ ਰਹੇ ਆ ਕਿਉਂਕਿ ਪਹਿਲੀ ਵਾਰ ਗੱਲ ਹੋਈ ਆ ਵੀ ਜਦ ਕੋਈ ਇਲੈਕਸ਼ਨ ਲੜਦੇ ਹੋਣ ਤਾਂ ਕੈਂਡੀਡੇਟ ਸਾਰਿਆਂ ਤੋਂ ਹੱਥ ਜੋੜ ਕੇ ਵੋਟ ਮੰਗਦਾ, ਬੜੀ ਨਿਮਰਤਾ ਨਾਲ। ਤੁਸੀਂ ਫੋਟੋਆਂ ਵੀ ਦੇਖੀਆਂ ਹੋਣਗੀਆਂ, ਪਰ ਇਹ ਤਾਂ ਗੁੰਡਾਗਰਦੀ ਕਰਨ 'ਤੇ ਉਤਰੇ ਆਏ ਨੇ ਭਾਜਪਾ ਵਾਲੇ। ਇਹ ਤਾਂ ਕਹਿੰਦੇ ਜੁੱਤੀਆਂ ਮਾਰਾਂਗੇ, ਡਿਬਰੂਗੜ੍ਹ ਭੇਜਦੇ ਆ, ਇਹ ਡਿਬਰੂਗੜ੍ਹ ਭੇਜਦੇ ਆ। ਇਸ ਤਰ੍ਹਾਂ ਪੰਜਾਬੀ ਡਰਨ ਵਾਲੇ ਨਹੀਂ। ਅਤੇ ਅੱਗੇ ਤਾਂ ਅਸੀਂ 2% ਨੇ ਦੇਸ਼ ਆਜ਼ਾਦ ਕਰਾਤਾ, ਅਸੀਂ ਗੁਰੂ ਗੋਬਿੰਦ ਸਿੰਘ ਦੀ ਇਲਾਜ ਹਾਂ, ਅਸੀਂ ਭਗਤ ਸਿੰਘ 'ਤੇ ਜਾਏ ਹੋਏ ਹਾਂ। ਇਸ ਲਈ ਸਾਨੂੰ ਇਹੋ ਜਿਹੀਆਂ ਧਮਕੀਆਂ, ਗਿੱਦੜ ਧਮਕੀਆਂ ਤੋਂ ਅਸੀਂ ਨਹੀਂ ਡਰਾਂਗੇ। ਅਤੇ ਲੋਕ ਇਹਨਾਂ ਨੂੰ 1 ਤਰੀਕ ਨੂੰ ਸਬਕ ਸਿਖਾਉਣਗੇ। ਦੂਸਰਾ, ਜਿਹੜਾ ਪ੍ਰਧਾਨ ਮੰਤਰੀ ਮੋਦੀ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਆ, ਉਹਨਾਂ ਨੇ 10 ਸਾਲ ਦੇ ਵਿੱਚ ਲੋੜ ਹੀ ਨਹੀਂ ਸਮਝੀ ਕਿਸਾਨਾਂ ਨੂੰ ਸੱਦ ਕੇ ਕੋਈ ਗੱਲਬਾਤ ਕਰਾਂ, ਕੋਈ ਇਹਨਾਂ ਦਾ ਮਸਲਾ ਹੱਲ ਕਰਾਂ। ਉਹ ਵੀ ਪ੍ਰੈਸ਼ਰ ਨਾਲ ਅਸੀਂ 13 ਮਹੀਨੇ ਬੈਠ ਕੇ ਇਹਨਾਂ ਤੋਂ ਧੱਕੇ ਨਾਲ ਜਿਹੜੇ ਕਾਨੂੰਨ ਰੱਦ ਕਰਾਏ ਨੇ, ਅਤੇ ਹੁਣ ਅੱਜ ਉਹ ਪੰਜਾਬ 'ਚ ਆ ਰਿਹਾ, ਅੱਜ ਪੰਜਾਬ ਦੀਆਂ ਵੋਟਾਂ ਦੀ ਉਮੀਦ ਕਰਨ ਸਾਤੋਂ ਆ ਰਿਹਾ, ਕਿਹੜੇ ਮੂੰਹ ਨਾਲ ਵੋਟਾਂ ਮੰਗਣ ਆ ਰਿਹਾ। ਸਾਡੇ ਮੂਹਰੇ ਸਰੀਏ ਗੱਡੇ ਹੋਏ ਗਏ, 750 ਕਿਸਾਨ ਸ਼ਹੀਦ ਕਰਤਾ, ਸਾਡਾ ਹੁਣ ਕਿਸਾਨ ਇੱਕ ਸ਼ੁਭ ਕਰਮ ਸ਼ਹੀਦ ਕਰਤਾ, ਹੁਣ ਵੀ ਸਾਡੇ ਮੂਹਰੇ ਰਾਹ ਰੋਕ ਕੇ ਬੈਠੇ ਹੋਏ ਨੇ, ਅਤੇ ਉਹ ਮੰਗਾਂ ਵੋਟਾਂ ਮੰਗਣ ਇੱਥੇ ਆ ਰਿਹਾ। ਸੰਯੁਕਤ ਕਿਸਾਨ ਮੋਰਚੇ ਨੇ ਅੱਜ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਵੀ ਕਾਲੀਆਂ ਝੰਡੀਆਂ ਦੇ ਨਾਲ ਜਿੱਦਣ ਵੀ ਪ੍ਰਧਾਨ ਮੰਤਰੀ ਮੋਦੀ ਇੱਥੇ ਆਉਣਗੇ, ਉਹਨਾਂ ਦਾ ਕਾਲੀਆਂ ਝੰਡੀਆਂ ਦੇ ਨਾਲ ਇੱਥੇ ਵਿਰੋਧ ਕੀਤਾ ਜਾਊਗਾ। ਵਿਰੋਧ ਅਸੀਂ ਬੇਨਤੀ ਕੀਤੀ ਆ ਵੀ ਪੂਰਨ ਸ਼ਾਂਤਮਈ ਢੰਗ ਦੇ ਨਾਲ ਅਸੀਂ ਵਿਰੋਧ ਕਰਾਂਗੇ। ਕੋਈ ਕਿਸਾਨਾਂ ਨੂੰ ਕਹਾਂ ਵੀ ਕੋਈ ਹਿੰਸਕ ਨਹੀਂ ਹੋਣਾ, ਕੋਈ ਜ਼ਬਰਦਸਤੀ ਨਹੀਂ ਕਰਨੀ, ਪਰ ਵਿਰੋਧ ਸਾਡਾ ਹੱਕ ਬਣਦਾ ਕਿਉਂਕਿ ਸਾਡੇ ਇਹਨਾਂ ਨੇ ਅੱਤਿਆਚਾਰ ਕੀਤੇ ਆ, ਸਾਨੂੰ ਇਨਸਾਫ ਨਹੀਂ ਮਿਲਿਆ, ਸਾਨੂੰ MSP ਨਹੀਂ ਦਿੱਤੀ, ਸਾਡੇ ਭਾਅ ਦੁੱਗਣੇ ਨਹੀਂ ਕੀਤੇ। ਉਹਦੇ ਲਈ ਅਸੀਂ ਇਹਨਾਂ ਦਾ ਪੰਜਾਬ 'ਚ ਸ਼ਾਂਤਮਈ ਢੰਗ ਦੇ ਨਾਲ ਵਿਰੋਧ ਕਰਾਂਗੇ। ਉਮੀਦ ਸੀ ਉਹਦੇ ਤੋਂ ਵੀ ਵੱਧ ਘੱਟ ਹੋਇਆ। ਅਸੀਂ ਧੰਨਵਾਦ ਕਰਦੇ ਹਾਂ ਕਿਸਾਨਾਂ ਦਾ, ਮਜ਼ਦੂਰਾਂ ਦਾ, ਬੀਬੀਆਂ ਦਾ, ਜਿਨ੍ਹਾਂ ਨੇ 70-80 ਹਜ਼ਾਰ ਬੰਦਾ ਜਿਹੜਾ ਸਾਡਾ ਅਸੀਂ 50 ਕੁ ਹਜ਼ਾਰ ਦੀ ਲਾਈ ਸੀ ਇੱਥੇ ਆਇਆ। ਅਜੇ ਵੀ ਦੇਖੋ ਤੁਸੀਂ ਜਥਿਆਂ ਦੇ ਵਿੱਚ ਲੋਕ ਆ ਰਹੇ, ਜਾਮ ਲੱਗੇ ਹੋਏ ਨੇ। ਇਹ ਵਿਰੋਧ ਆ ਭਾਜਪਾ ਦਾ, ਲੋਕ ਦੁਖੀ ਹੋ ਕੇ ਆ ਰਹੇ ਆ ਕਿਉਂਕਿ ਪਹਿਲੀ ਵਾਰ ਗੱਲ ਹੋਈ ਆ ਵੀ ਜਦ ਕੋਈ ਇਲੈਕਸ਼ਨ ਲੜਦੇ ਹੋਣ ਤਾਂ ਕੈਂਡੀਡੇਟ ਸਾਰਿਆਂ ਤੋਂ ਹੱਥ ਜੋੜ ਕੇ ਵੋਟ ਮੰਗਦਾ, ਬੜੀ ਨਿਮਰਤਾ ਨਾਲ। ਤੁਸੀਂ ਫੋਟੋਆਂ ਵੀ ਦੇਖੀਆਂ ਹੋਣਗੀਆਂ, ਪਰ ਇਹ ਤਾਂ ਗੁੰਡਾਗਰਦੀ ਕਰਨ 'ਤੇ ਉਤਰੇ ਆਏ ਨੇ ਭਾਜਪਾ ਵਾਲੇ। ਇਹ ਤਾਂ ਕਹਿੰਦੇ ਜੁੱਤੀਆਂ ਮਾਰਾਂਗੇ, ਡਿਬਰੂਗੜ੍ਹ ਭੇਜਦੇ ਆ, ਇਹ ਡਿਬਰੂਗੜ੍ਹ ਭੇਜਦੇ ਆ। ਇਸ ਤਰ੍ਹਾਂ ਪੰਜਾਬੀ ਡਰਨ ਵਾਲੇ ਨਹੀਂ। ਅਤੇ ਅੱਗੇ ਤਾਂ ਅਸੀਂ 2% ਨੇ ਦੇਸ਼ ਆਜ਼ਾਦ ਕਰਾਤਾ, ਅਸੀਂ ਗੁਰੂ ਗੋਬਿੰਦ ਸਿੰਘ ਦੀ ਇਲਾਜ ਹਾਂ, ਅਸੀਂ ਭਗਤ ਸਿੰਘ 'ਤੇ ਜਾਏ ਹੋਏ ਹਾਂ। ਇਸ ਲਈ ਸਾਨੂੰ ਇਹੋ ਜਿਹੀਆਂ ਧਮਕੀਆਂ, ਗਿੱਦੜ ਧਮਕੀਆਂ ਤੋਂ ਅਸੀਂ ਨਹੀਂ ਡਰਾਂਗੇ। ਅਤੇ ਲੋਕ ਇਹਨਾਂ ਨੂੰ 1 ਤਰੀਕ ਨੂੰ ਸਬਕ ਸਿਖਾਉਣਗੇ। ਦੂਸਰਾ, ਜਿਹੜਾ ਪ੍ਰਧਾਨ ਮੰਤਰੀ ਮੋਦੀ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਆ, ਉਹਨਾਂ ਨੇ 10 ਸਾਲ ਦੇ ਵਿੱਚ ਲੋੜ ਹੀ ਨਹੀਂ ਸਮਝੀ ਕਿਸਾਨਾਂ ਨੂੰ ਸੱਦ ਕੇ ਕੋਈ ਗੱਲਬਾਤ ਕਰਾਂ, ਕੋਈ ਇਹਨਾਂ ਦਾ ਮਸਲਾ ਹੱਲ ਕਰਾਂ। ਉਹ ਵੀ ਪ੍ਰੈਸ਼ਰ ਨਾਲ ਅਸੀਂ 13 ਮਹੀਨੇ ਬੈਠ ਕੇ ਇਹਨਾਂ ਤੋਂ ਧੱਕੇ ਨਾਲ ਜਿਹੜੇ ਕਾਨੂੰਨ ਰੱਦ ਕਰਾਏ ਨੇ, ਅਤੇ ਹੁਣ ਅੱਜ ਉਹ ਪੰਜਾਬ 'ਚ ਆ ਰਿਹਾ, ਅੱਜ ਪੰਜਾਬ ਦੀਆਂ ਵੋਟਾਂ ਦੀ ਉਮੀਦ ਕਰਨ ਸਾਤੋਂ ਆ ਰਿਹਾ, ਕਿਹੜੇ ਮੂੰਹ ਨਾਲ ਵੋਟਾਂ ਮੰਗਣ ਆ ਰਿਹਾ। ਸਾਡੇ ਮੂਹਰੇ ਸਰੀਏ ਗੱਡੇ ਹੋਏ ਗਏ, 750 ਕਿਸਾਨ ਸ਼ਹੀਦ ਕਰਤਾ, ਸਾਡਾ ਹੁਣ ਕਿਸਾਨ ਇੱਕ ਸ਼ੁਭ ਕਰਮ ਸ਼ਹੀਦ ਕਰਤਾ, ਹੁਣ ਵੀ ਸਾਡੇ ਮੂਹਰੇ ਰਾਹ ਰੋਕ ਕੇ ਬੈਠੇ ਹੋਏ ਨੇ, ਅਤੇ ਉਹ ਮੰਗਾਂ ਵੋਟਾਂ ਮੰਗਣ ਇੱਥੇ ਆ ਰਿਹਾ। ਸੰਯੁਕਤ ਕਿਸਾਨ ਮੋਰਚੇ ਨੇ ਅੱਜ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਵੀ ਕਾਲੀਆਂ ਝੰਡੀਆਂ ਦੇ ਨਾਲ ਜਿੱਦਣ ਵੀ ਪ੍ਰਧਾਨ ਮੰਤਰੀ ਮੋਦੀ ਇੱਥੇ ਆਉਣਗੇ, ਉਹਨਾਂ ਦਾ ਕਾਲੀਆਂ ਝੰਡੀਆਂ ਦੇ ਨਾਲ ਇੱਥੇ ਵਿਰੋਧ ਕੀਤਾ ਜਾਊਗਾ। ਵਿਰੋਧ ਅਸੀਂ ਬੇਨਤੀ ਕੀਤੀ ਆ ਵੀ ਪੂਰਨ ਸ਼ਾਂਤਮਈ ਢੰਗ ਦੇ ਨਾਲ ਅਸੀਂ ਵਿਰੋਧ ਕਰਾਂਗੇ। ਕੋਈ ਕਿਸਾਨਾਂ ਨੂੰ ਕਹਾਂ ਵੀ ਕੋਈ ਹਿੰਸਕ ਨਹੀਂ ਹੋਣਾ, ਕੋਈ ਜ਼ਬਰਦਸਤੀ ਨਹੀਂ ਕਰਨੀ, ਪਰ ਵਿਰੋਧ ਸਾਡਾ ਹੱਕ ਬਣਦਾ ਕਿਉਂਕਿ ਸਾਡੇ ਇਹਨਾਂ ਨੇ ਅੱਤਿਆਚਾਰ ਕੀਤੇ ਆ, ਸਾਨੂੰ ਇਨਸਾਫ ਨਹੀਂ ਮਿਲਿਆ,
ਸਾਨੂੰ MSP ਨਹੀਂ ਦਿੱਤੀ, ਸਾਡੇ ਭਾਅ ਦੁੱਗਣੇ ਨਹੀਂ ਕੀਤੇ, ਉਹਦੇ ਲਈ ਅਸੀਂ ਇਹਨਾਂ ਦਾ ਪੰਜਾਬ 'ਚ ਸ਼ਾਂਤਮਈ ਢੰਗ ਦੇ ਨਾਲ ਵਿਰੋਧ ਕਰਾਂਗੇ।